ਚਿਰੀ ਕਾਲ ਜੀ ਅੱਜ ਤੋਂ 2-4 ਦਿਨ ਪਹਿਲਾਂ ਜੀ ਇੱਕ PDF ਬਹੁਤ ਵਾਇਰਲ ਹੋ ਰਹੀ ਸੀ ਜੀ ਕਿਹੜੀ ਸੀ ਜੀ ਉਹ 31 ਮਈ ਨੂੰ ਲੈ ਕੇ ਵੀ ਜਿਹੜੇ ਜੁਆਇਨਿੰਗ ਲੈਟਰ ਮਿਲਣਗੇ ਤੇ ਉਹ PDF ਨੂੰ ਲੈ ਚੱਲਦੇ ਆ ਉਸ ਤੋਂ ਪਹਿਲਾਂ ਇੱਕ ਗੁਜਾਰਿਸ਼ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀਰਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕਰ ਚਲੋ ਆਪਾਂ ਚੱਲਦੇ ਜੀ ਮੇਨ ਅਪਡੇਟ ਦੇ ਉੱਤੇ ਆ ਜਿਹੜੀ ਪੀਡੀਐਫ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਡਿਪਾਰਟਮੈਂਟ ਆਫ এমਪਲॉयਮੈਂਟ ਜਨਰੇਸ਼ਨ ਤੁਸੀਂ ਦੇਖ ਸਕਦੇ ਸਕਿੱਲਡ ਡਿਵੈਲਪਮੈਂਟ ਐਂਡ ਟ੍ਰੇਨਿੰਗ ਇਹਨਾਂ ਵੱਲੋਂ ਦਿੱਤੀ ਗਈ ਸੀ ਜੀ ਤੇ ਇਹਨਾਂ ਨੇ ਇਹ ਪੁਸ਼ਟੀ ਕਰ ਦਿੱਤੀ ਗਈ ਹੈ ਜੀ ਜਿਹੜੀ ਇਹ ਸਹੀ ਹੈ ਜੀ ਠੀਕ ਹੈ ਪੀਡੀਐਫ ਤੇ ਉਹਨਾਂ ਨੇ ਆਪ ਦੇ ਆਪ ਉਹਨਾਂ ਨੇ ਦੱਸਿਆ ਜੀ ਵੀ ਇਹ 100% ਸਹੀ ਹੈ ਤੇ ਇਹ ਸਿਰਫ ਇਹ ਦੱਸਣ ਵਾਸਤੇ ਹੈ ਜੀ ਜਿਹੜੀ ਪੰਜਾਬ ਪੁਲਿਸ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਵੀ ਸਾਰਾ A to Z ਪਰਫਾਰਮੈਂਸ A to Z ਕੰਪਲੀਟ ਹੈ ਤੇ ਹੁਣ ਸਿਰਫ ਓਨਲੀ ਜੁਆਇਨਿੰਗ ਲੈਟਰ ਬਾਕੀ ਨੇ ਤੇ 4992 ਵੈਕੈਂਸੀਆਂ ਤੁਸੀਂ ਦੇਖ ਸਕਦੇ ਹੋ ਇਹ ਪਤਾ ਨਹੀਂ ਇਹਨਾਂ ਨੇ ਕੀ ਸਾਫ ਕਿ ਤਰ੍ਹਾਂ ਕਿਉਂਕਿ ਆਪਣੀ ਵੈਕੈਂਸੀਆਂ ਸਿਰਫ 4200 ਕੁਸ਼ਤੀਆਂ ਜਿਹਦੇ ਜਿਹਦੇ ਵਿੱਚ 31 5 2022 ਤੋਂ ਪਹਿਲਾਂ ਪਹਿਲਾਂ ਜਿਹੜੇ ਜੁਆਇਨਿੰਗ ਲੈਟਰ ਦੇ ਦਿੱਤੇ ਜਾਣਗੇ ਜੀ ਠੀਕ ਹੈ ਜੀ ਮੇਨ ਅਪਡੇਟ ਇਹੀ ਹੈ ਜੀ ਵੀ ਇਹ PDF ਸੱਚੀ ਹੈ ਤਤਹਾਨੂੰ ਜਿਹੜਾ ਧਰਨਾ ਹੈ ਉਹਦਾ ਅਸਰ ਪੈ ਰਿਹਾ ਹੈ ਠੀਕ ਹੈ ਤੇ ਜਲਦ ਹੀ ਤੁਹਾਡੇ ਜੁਆਇਨਿੰਗ ਲੈਟਰ 31 ਤੋਂ ਪਹਿਲਾਂ ਪਹਿਲਾਂ ਦੇ ਦਿੱਤੇ ਜਾਣਗੇ ਜੁਆਇਨਿੰਗ ਲੈਟਰ ਨੂੰ ਲੈ ਕੇ ਜੀ ਬੱਚੇ ਬਹੁਤ ਹੀ ਚਿੰਤਾ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੁਆਇਨਿੰਗ ਲੈਟਰ ਬਹੁਤ ਸਮਾਂ ਹੋ ਚੁੱਕਿਆ ਤੇ ਹੁਣ ਲਾਸਟ ਚਾਂਸ ਹੈ ਵੀ ਹੁਣ ਜਿੰਨੇ ਛੇਤੀ ਕੰਮ ਨਿਬੜ ਜੇ ਉਹਨਾਂ ਵਧੀਆ ਕਿਉਂਕਿ ਇਸ ਤੋਂ ਬਾਅਦ ਅਗਲੀ ਭਰਤੀਆਂ ਵੀ ਆ ਰਹੀਆਂ ਨੇ 2022 ਦੀਆਂ ਜਿਨ੍ਹਾਂ ਨੂੰ ਅਨਾਉਂਸ ਕਰ ਦਿੱਤਿਆ ਤੇ ਜਲਦੀ ਤੋਂ ਜਲਦੀ ਜਿਹੜਾ ਨੋਟੀਫਿਕੇਸ਼ਨ ਹੈ ਜੀ ਇਸ ਦਾ ਉਹ ਵੀ ਛੇਤੀ ਹੀ ਆਊਟ ਹੋ ਜਾਵੇਗਾ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਜੀ 31 ਮਈ ਤੋਂ ਪਹਿਲਾਂ ਪਹਿਲਾਂ ਤਾਂ ਜੁਆਇਨਿੰਗ ਲੈਟਰ ਨੇ ਉਹ ਮਿਲ ਜਾਣਗੇ ਜੀ ਤਾਂ ਇਹ ਖੁਸ਼ਖਬਰੀ ਤੁਹਾਨੂੰ ਦੇਣੀ ਸੀ ਇਸੇ ਤਰ੍ਹਾਂ ਦੀ ਅਪਡੇਟ ਲੈਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ